ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਮੇਰੇ ਨਾਲ ਮੌਜੂਦ ਜਿਹੜੇ ਅੱਜ ਐਕਸਪਰਟ ਨੇ ਉਹ ਜੀ ਰੈਫਲਜ਼ ਐਜੂ ਸਿਟੀ ਤੋਂ ਸਵਰਨ ਸੰਧੂ ਜੀ, ਪਹਿਲੇ ਸਵਾਗਤ ਕਰਦੀ ਹਾਂ ਉਹਨਾਂ ਦਾ। ਸੰਧੂ ਸਾਹਿਬ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸੰਧੂ ਸਾਹਿਬ ਅਤੇ ਰੈਫਲਜ਼ ਐਜੂ ਸਿਟੀ ਮੇਰੇ ਖਿਆਲ ਅੱਜ ਕੋਈ ਉਹ ਨਾਂ ਨਹੀਂ ਜਿਹਨੂੰ ਕੋਈ ਇੰਟਰੋਡਕਸ਼ਨ ਦੀ ਲੋੜ ਹੈ। ਹਰ ਕੋਈ ਬੱਚਾ ਜਿਹੜਾ ਕੈਨੇਡਾ ਨਿਊਜ਼ੀਲੈਂਡ ਪੜ੍ਹਨ ਜਾਣਾ ਚਾਹੁੰਦਾ ਉਹ ਇਸ ਨਾਮ ਨੂੰ ਜਾਣਦਾ। ਲਾਸਟ ਅਸੀਂ ਸਪਟੈਂਬਰ ਇਨਟੇਕ 'ਤੇ ਵੀ ਇਹਨਾਂ ਦੀ ਓਰੀਐਂਟੇਸ਼ਨਸ, ਇਹਨਾਂ ਦੇ ਵੀਜ਼ਾਜ਼, ਇਹਨਾਂ ਦੇ ਟੈਸਟੀਮੋਨੀਅਲਸ ਅਲੱਗ ਅਲੱਗ ਸ਼ੋਅਜ਼ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੇ ਤਾਂ ਕਿ ਜਿਹੜੇ ਰਿਜ਼ਲਟਸ ਆ ਰਹੇ ਨੇ, ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ, ਕਿਸ ਤਰ੍ਹਾਂ ਦੇ ਬੱਚਿਆਂ ਦੇ ਰਿਜ਼ਲਟਸ ਆ ਰਹੇ ਨੇ, ਅੱਗੋਂ ਇਹਨਾਂ ਦੀ ਗਾਈਡੈਂਸ ਕੀ ਰਹਿੰਦੀ ਹੈ ਉਹਦੇ ਵਿੱਚ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਜਾ ਸਕਣ। ਪਹਿਲੇ ਤਾਂ ਬਹੁਤ ਮੁਬਾਰਕਾਂ ਸਰ, ਜਿਹੜਾ ਇੰਨੇ ਵਧੀਆ ਰਿਜ਼ਲਟਸ ਦੇਣ ਲਈ, ਅਤੇ ਉਹਦੇ ਬਿਲਕੁਲ ਮੁਬਾਰਕਬਾਦ ਦੇ ਹੱਕਦਾਰ ਬਣਦੇ ਹਾਂ ਜੀ। ਇਹ ਸਾਰਾ ਮੇਰੇ ਦਰਸ਼ਕਾਂ ਦਾ, ਮੇਰੇ ਲੋਕਾਂ ਦਾ ਪਿਆਰ ਹੈ ਜੀ, ਕਿਉਂਕਿ ਮੈਂ ਹਮੇਸ਼ਾ ਕਿਹਾ ਵੀ ਸੀਗਾ ਜੀ ਕਿ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ। ਮੈਂ ਹਮੇਸ਼ਾ ਆਪਣੇ ਸੈਮੀਨਾਰ 'ਤੇ ਇਹੀ ਸ਼ੁਰੂਆਤ ਕਰਦਾ ਵੀ ਮੈਨੂੰ ਇੱਕ ਵਾਰ ਮੌਕਾ ਦਿਓ ਸਾਡੀ ਕੰਪਨੀ ਨੂੰ, ਲੋਕ 6-6, 7-7 ਸਾਲ ਤੋਂ ਲੱਗੇ ਹੋਏ ਆ ਟੀਵੀ 'ਤੇ ਸ਼ੋਅ ਕਰਨ ਲਈ। ਸੋ ਸਾਡਾ ਕੰਪਨੀ ਦਾ ਥੋੜ੍ਹਾ ਜਿਹਾ ਸਿਸਟਮ ਕੀ ਸੀਗਾ ਅਮਨ ਭਾਅ ਜੀ, ਕਿ ਮਤਲਬ ਜਦੋਂ ਵੀ ਸਾਡੇ ਕੋਲ, ਤੁਸੀਂ ਕਦੇ ਵੀ ਦਰਸ਼ਕਾਂ ਨੂੰ ਵੀ ਪਤਾ ਵੀ ਜਦੋਂ ਵੀ ਆਫਿਸ ਆਉਂਦੇ ਹਾਂ, ਜਦੋਂ ਵੀ ਆਉਂਦੇ ਸੀਗੇ ਸਾਡੇ ਕੋਲ, ਸਾਡਾ ਦਫ਼ਤਰ ਹਮੇਸ਼ਾ ਭਰਿਆ ਹੀ ਰਹਿੰਦਾ ਮਹਾਰਾਜ ਦੀ ਕਿਰਪਾ ਨਾਲ, ਰਸ਼ ਬਹੁਤ ਰਹਿੰਦਾ ਸੀ। ਬਟ ਅਸੀਂ ਬ੍ਰੈਂਡਿੰਗ ਨਹੀਂ ਕੀਤੀ ਸੀਗੀ, ਅਸੀਂ ਕਦੇ ਐਡਵਰਟਾਈਜ਼ਮੈਂਟ ਨਹੀਂ ਕੀਤੀ, ਲੋੜ ਹੀ ਨਹੀਂ ਪਈ, ਕਿਉਂਕਿ ਲੋੜ ਤਾਂ ਪੈਂਦੀ ਜੇ ਕੰਮ ਨਹੀਂ ਹੁੰਦਾ ਸੀ। ਕੰਮ ਬਹੁਤ ਕੰਮ ਹੀ ਇੰਨਾ ਜ਼ਿਆਦਾ ਸੀਗਾ ਕਿ, ਬਟ ਫਿਰ ਵੀ ਪਿੱਛੋਂ ਜੋ ਤੋਂ ਐਂ ਲੱਗਣਾ ਸ਼ੁਰੂ ਹੋਇਆ ਕਿ ਲੋਕ ਆ ਕੇ ਕਹਿੰਦੇ ਸੀ ਵੀ ਸੁਣਿਆ ਨਹੀਂ ਨਾਮ ਤੁਹਾਡਾ, ਤੁਹਾਨੂੰ ਤੁਹਾਡੇ ਬਾਰੇ ਪਤਾ ਨਹੀਂ ਹੈਗਾ ਸਾਨੂੰ। ਉਹ ਕੀ ਸੀਗਾ ਜੀ ਕਿ ਜਿਹੜੇ 4 ਬੰਦੇ ਸਾਡੇ ਕੋਲ ਆ ਗਏ, ਜਿਨ੍ਹਾਂ ਦਾ ਵੀਜ਼ਾ ਲੱਗ ਗਿਆ, ਉਹ 10 ਨੂੰ ਲੈ ਕੇ ਆ ਕੇ ਬੈਠੇ ਹੋਏ ਨੇ। ਉਹ 4 ਤੋਂ ਬਾਅਦ 10 ਹੋ ਗਏ, 12 ਹੋ ਗਏ। ਵੀਜ਼ੇ ਅਸੀਂ ਬਾਕੀਆਂ ਨਾਲੋਂ ਪਹਿਲਾਂ ਵੀ ਉਨੇ ਹੀ ਜ਼ਿਆਦਾ ਲਵਾਈ ਜਾਂਦੇ ਸੀ, ਰਸ਼ ਸਾਡੇ ਕੋਲ ਪਹਿਲਾਂ ਹੀ ਕੰਮ ਇੰਨਾ ਹੀ ਸੀਗਾ। ਬਟ ਜਿਹੜੀ ਇੱਕ ਅਵੇਅਰਨੈਸ ਅਸੀਂ ਚਲਾਉਣੀ ਚਾਹੁੰਦੇ ਸੀ ਉਹ ਐਵੇਂ ਦਾ ਕੁਛ ਨਹੀਂ ਸੀਗਾ। ਬਟ ਉਹ ਹੁਣ ਜਦੋਂ ਕਦੋਂ ਵੀ ਸਟਾਰਟ ਕੀਤਾ, ਸੋ ਇੱਕ ਨਵਾਂ ਫੇਸ ਸੀਗਾ ਮੇਰਾ ਫੇਸ ਅਤੇ ਮੇਰੀ ਕੰਪਨੀ ਦਾ, ਬਹੁਤ ਸਾਰੇ ਲੋਕਾਂ ਲਈ ਨਵਾਂ ਸੀ। ਬਟ ਅਸੀਂ ਨਵੇਂ ਹੈਗੇ ਨਹੀਂ, ਅਸੀਂ ਬੈਠੇ 2007 ਤੋਂ ਇੱਥੇ ਆ ਕੇ ਕਹਿੰਦਾ ਤੋਂ, ਸੋ ਬਹੁਤ ਪੁਰਾਣੇ ਸੀ, ਬਹੁਤ ਦੇਰ ਦੇ ਕੰਮ ਕਰ ਚੁੱਕੇ ਹਾਂ, ਹਜ਼ਾਰਾਂ ਵੀਜ਼ੇ ਲਵਾ ਚੁੱਕੇ ਹਾਂ, ਬਟ ਅਸੀਂ ਅੱਗੇ ਨਹੀਂ ਆਏ ਸੀਗੇ। ਸੋ ਇਸ ਲਈ ਅੱਗੇ ਆਉਣ ਲਈ, ਲੋਕਾਂ ਦਾ ਇੱਕ ਵਿਸ਼ਵਾਸ ਜਿੱਤਣ ਲਈ ਮੈਂ ਹਮੇਸ਼ਾ ਇਹ ਕਹਿੰਦਾ ਸੀ ਵੀ ਇੱਕ ਵਾਰ ਸਾਨੂੰ ਮੌਕਾ ਦਿਓ। ਪਿਛਲੇ 2 ਸਾਲ ਤੋਂ ਹੁਣ ਇੰਨਾ ਜ਼ਿਆਦਾ ਵਧੀਆ ਸਾਨੂੰ ਜਿਹੜਾ ਰਿਸਪੋਂਸ ਆ, ਤੁਸੀਂ ਇਹ ਤੁਹਾਡੇ ਕਰਕੇ ਆ ਜੀ, ਸਾਰੀ ਤੁਹਾਡੀ ਸਾਰਿਆਂ ਦਾ ਧੰਨਵਾਦ ਆ ਤਹਿ ਦਿਲੋਂ ਕਿ ਤੁਸੀਂ ਫੇਥ ਕੀਤਾ ਸਾਡੀ ਕੰਪਨੀ ਤੇ, ਸਾਡੀ ਆਰਗੇਨਾਈਜੇਸ਼ਨ ਤੇ, ਔਰ ਅਸੀਂ ਉਹਨੂੰ ਪੂਰਾ ਕਰਕੇ ਦਿਖਾਵਾਂਗੇ। ਪਰ ਡਿਲੀਵਰ ਕੀਤਾ ਨਾ, ਜੋ ਚੀਜ਼ ਬਾਰੇ ਫੇਥ ਕਰਨ ਨੂੰ ਕਿਹਾ ਸੀ ਤੇ ਕੀਤਾ ਤੇ ਉਹ ਡਿਲੀਵਰ ਵੀ ਹੋਇਆ। ਉਹ ਹਾਂਜੀ ਬਿਲਕੁਲ ਜੀ, ਇਹ ਸਾਨੂੰ ਮਤਲਬ ਸਾਡੇ ਤੁਸੀਂ ਟੈਸਟੀਮੋਨੀਅਲ ਸੁਣਿਓ ਜੀ, ਅੱਜ ਵੀ ਕੁਛ ਨੇ, ਪਹਿਲੇ ਵੀ ਨੇ, ਹਰ ਇੱਕ ਵੀਡੀਓ 'ਚ ਸਪੈਸੀਫਿਕਲੀ ਅਸੀਂ ਨਹੀਂ ਕਹਾਉਂਦੇ, ਸਾਨੂੰ ਮਾਂ ਪਿਓ ਆ ਕੇ ਕਹਿ ਕੇ ਜਾਂਦੇ ਆ ਵੀ ਜਿਵੇਂ ਜੇ 100 ਸੁਣਿਆ ਸੀ ਤੇ 101% ਹੋਇਆ, ਮਤਲਬ ਜਿੰਨਾ ਅਸੀਂ, ਜਿੰਨਾ ਸਾਨੂੰ ਦੱਸਿਆ ਗਿਆ ਸੀ ਉਸ ਤੋਂ ਵਧੀਆ ਤਰੀਕੇ ਨਾਲ ਡਿਲੀਵਰ ਹੋਇਆ ਜੀ। ਜਦੋਂ ਆਹ ਗੱਲ ਦੇਖੋ, ਪਤਾ ਹੀ ਕੀ ਹੁੰਦਾ ਭਾਅ ਜੀ, ਕੋਈ ਚੀਜ਼ ਖਰੀਦਣੀ, ਕੋਈ ਚੀਜ਼ ਲੈ ਜਾਣੀ, ਕਿਸੇ ਦਾ ਕੰਮ ਕਰ ਦੇਣਾ, ਆਹ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਬਹੁਤ ਸਾਰੇ ਲੋਕ ਐਵੇਂ ਦੇ ਹੁੰਦੇ ਆ, ਤੁਸੀਂ ਮੇਰੀ ਤੁਹਾਡੀ ਲਾਈਫ ਦੇ ਵਿੱਚ, ਪਰਸਨਲ ਲਾਈਫ ਦੇ ਵਿੱਚ ਵੀ, ਸਾਡੇ ਨਾਲ ਵੀ ਕਿੰਨੀ ਵਾਰ ਐਂ ਹੁੰਦਾ, ਤੁਹਾਡੇ ਨਾਲ ਵੀ ਦਰਸ਼ਕੋ ਕਿੰਨੀ ਵਾਰ ਐਂ ਹੋਇਆ ਹੋਊਗਾ, ਅਸੀਂ ਕਿਸੇ ਜਗ੍ਹਾ 'ਚ ਕੋਈ ਜਾਂਦੇ ਹਾਂ, ਕੋਈ ਚੀਜ਼ ਲਿਆਉਂਦੇ ਹਾਂ ਜਾਂ ਕਿਸੇ ਤੋਂ ਕੋਈ ਕੰਮ ਕਰਵਾ ਲੈਂਦੇ ਹਾਂ, ਕੰਮ ਹੋ ਵੀ ਜਾਂਦਾ, ਪਰ ਉਹ ਜਿਸ ਤਰੀਕੇ ਨਾਲ ਹੋਇਆ ਹੁੰਦਾ ਉਹ ਸਾਡੇ ਮਨ ਨੂੰ, ਸਾਡੀਆਂ ਫੀਲਿੰਗਸ ਨੂੰ ਹਰਟ ਕਰਦਾ ਆ। ਅਸੀਂ ਆ ਕੇ ਕਹਿੰਦੇ ਯਾਰ ਕੰਮ ਤਾਂ ਹੋ ਗਿਆ ਬਟ ਕਪੱਤ ਬਹੁਤ ਹੋਈ, ਮਤਲਬ ਜਿਹੜੇ ਤਰੀਕੇ ਨਾਲ ਕੰਮ ਹੋਇਆ ਬਸ ਰੱਬ ਹੀ ਜਾਣਦਾ ਕੰਮ ਕਿਵੇਂ ਕਰਵਾਇਆ, ਰੱਬ ਹੀ ਜਾਣਦਾ ਸਾਡਾ ਕੰਮ ਕਿਵੇਂ ਹੋਇਆ, ਮਤਲਬ ਬੰਦਾ ਕੰਮ ਵੀ ਕੀਤਾ ਅਗਲੇ ਨੇ ਔਰ ਸਾਹਮਣੇ ਵਾਲੇ ਬੰਦੇ ਨੂੰ ਇਰੀਟੇਟ ਵੀ ਕੀਤਾ। ਇਹੋ ਜਿਹੇ ਕੰਮ ਕਰਾਉਣ ਦਾ ਕੋਈ ਫਾਇਦਾ ਨਹੀਂ ਜੀ, ਮਜ਼ਾ ਉਦੋਂ ਆਉਂਦਾ, ਤੁਹਾਨੂੰ ਚੰਗਾ ਉਦੋਂ ਲੱਗਦਾ ਜਦੋਂ ਤੁਹਾਡੇ ਕੋਲੋਂ ਕੰਮ ਕਰਾਉਣ ਤੋਂ ਬਾਅਦ ਲੋਕ ਤੁਹਾਡੇ ਮੂੰਹ 'ਤੇ ਆ ਕੇ ਬੋਲ ਕੇ ਜਾਂਦੇ ਆ ਜੀ ਬਹੁਤ ਚੰਗਾ ਲੱਗਿਆ, ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਟੀਮ ਨੇ, ਸਪੈਸੀਫਿਕਲੀ ਜਿੰਨੇ ਲੋਕ ਐਤਕੀ ਆਏ ਨੇ ਜੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਮੇਰੀ ਟੀਮ ਨੂੰ ਕਿ ਤੁਹਾਡੀ ਜਿਹੜੀ ਟੀਮ ਆ ਉਹ ਵੀ ਤੁਹਾਡੇ ਵਰਗੀ ਹੋਈ ਆ, ਮਤਲਬ ਜਿਵੇਂ ਤੁਸੀਂ ਬੋਲਦੇ ਹੋ ਜਿਵੇਂ ਜਿਵੇਂ ਉਹ ਸਾਰਿਆਂ ਨੇ ਸਾਨੂੰ, ਦੇਖੋ ਰੱਬ ਤਾਂ ਹੈ ਨਹੀਂ, ਅਸੀਂ ਬਿਲਕੁਲ ਵੀ ਮਸ਼ੀਨਾਂ ਵੀ ਹੈ ਨਹੀਂ ਗਏ ਕਿ 100 ਦੇ 100% ਸਹੀ ਮੈਂ ਜਾਂ ਮੇਰੀ ਟੀਮ ਨਹੀਂ ਹੋ ਸਕਦੇ। ਮੈਂ ਨਹੀਂ ਕਹਿੰਦਾ ਅਸੀਂ ਦੁੱਧ ਨਾਲ ਹੀ ਧੋਤੇ ਹੋਏ ਆ ਸਾਰੇ, 99% ਤਾਂ ਸਹੀ ਹੋ ਸਕਦੇ ਆ ਨਾ, ਬਿਲਕੁਲ ਜਿੰਨੇ ਅਸੀਂ ਐਜ਼ ਆ ਹਿਊਮਨ ਇੱਕ ਇਨਸਾਨ 100% ਸਹੀ ਹੋ ਜਾਵਾਂਗੇ ਫਿਰ ਤਾਂ ਦੇਵੀ ਦੇਵਤੇ ਹੀ ਬਣ ਜਾਵਾਂਗੇ ਨਾ ਜੀ, ਰੱਬ ਹੀ ਹੋ ਗਿਆ ਜਿਹੜਾ 100% ਸਹੀ ਤਾਂ ਰੱਬ ਆ, ਇਨਸਾਨ ਤਾਂ ਹੈ ਨਹੀਂ। ਬਟ ਹਾਂ ਅਸੀਂ 99% ਜਾਂ 90% ਸਹੀ ਹੋ ਸਕਦੇ ਹਾਂ, ਉਹ ਅਸੀਂ ਹੋਏ ਜੀ, ਉਹ ਸਾਰਿਆਂ ਨੇ ਤੁਸੀਂ ਐਪਰੀਸ਼ੀਏਟ ਕੀਤਾ ਜੀ, ਬਹੁਤ ਲੋਕਾਂ ਨੇ ਟੀਮ
वर्क सीगा जिहड़ा साडा अमृतसर ऑफिस स्पैसीफिकली और साडे चंडीगढ़ ऑफिस नूं बहुत सलाया जी, सारिया दा तहे दिलों धन्नवाद आ। तुसीं मैं हुण यही थोड़े कोल रिक्वेस्ट करदा जी कि जनवरी लई फिर ऐं तुसीं मैं सानूं उही गल सेवा हुण दा कहन मौका लगा दिओ। सी भी हुण दुबारा वो कहण दी लोड़ नहीं पैणी, भी विश्वास करके देखियो। हाँ जी हाँ जी हुण ऑटोमेटिकली वो डिलीवर हो गया तो विश्वास हो जाना। बट मैं फिर भी चाहुंदा जिहड़े मिलना चाहुंदे ने उहनां नूं दस देवां, जिस तरह पिछले सितंबर सैमीनार लई एक उपराला सीगा भी अलग अलग शहरां दे विच सैमीनार्स करके खुद स्वर्ण संधू जी ने उत्थे विजिट किया, लोगों नूं मिले, उत्थे बच्चों नूं गाइड किया, तो वह बच्चों नूं वीजाज भी मिले, डिलीवर भी होए, जिहड़े ने सर्विसिज लईआं। हुण भी आने वाले समय के सैमीनार्स होने जा रहे हैं, मैं उन्होंने दस देना थोनू एक बार नोट कर लियो, 9 तरीक बठिंडा, जिहड़े भी ये नेड़े तेड़े दे इलाके दे थोनू लगता भी थोड़े नेड़े पैंदा बठिंडा, तुसीं उत्थे विजिट कर सकते हो 9 तरीक नू। 10 तरीक अमृतसर, 11 तारीक जलंधर, 12 लुधियाणा ते 13 चंडीगढ़। होटल्स वेन्यू थोड़े स्क्रॉल रूप से चल रहा है, तुसीं नहीं तो फोन कॉल जरिए भी पता कर सकते हो। जिहड़ा भी शहर नेड़े पैंदा खुद इन्हां नाल इन्हां दी टीम नाल राबता कायम किया जा सकता। मेरे को हुण दुबारा लोड नहीं पैनी कहण दी सर, मैं तो विश्वास करके हाँ देखियो। जी हाँ जी बिल्कुल जी, हुण तां बहुत सारिया सानू एप्रीसीएशन कॉल्स आ रही, बहुत सारे ईमेल्स आउंदियां नी जी। सारे बच्चों तुसीं साडे फेसबुक ते फेसबुक का पेज लाइक करो, एक साडा फेसबुक का फेसबुक आ एक नॉर्मल आ जिहदे ते फ्रेंड रिक्वेस्ट भेजी जांदी आ, एक पेज आ, पेज लाइक करो, फ्रेंड रिक्वेस्ट भावें ना भेजियो, पेज लाइक करो, उहदे ते तुहानू अपडेट्स मिलणगे, तुहानू किन्ने तरह के वो वीजाज, वो बच्चों के टेस्टीमोनियल्स और होर अपडेट्स जिहड़ियां साडी ऑर्गेनाइजेशन करदी आ, कदे कोई रूल चेंज हुंदा है किसी कंपनी का, कैनेडा किसी भी कंपनी का, पूरे ऑल जिन्हां नूं ਜਿਹੜੀਆਂ ਸਰਵਿਸਿਜ਼, ਫੋਰ ਐਗਜ਼ਾਮਪਲ ਜਿਹੜੀਆਂ ਅਸੀਂ ਸਰਵਿਸਿਜ਼ ਨਹੀਂ ਵੀ ਡੀਲ ਕਰਦੇ, ਜੋ ਵੀ ਅਪਡੇਟਸ ਕੈਨੇਡਾ ਗਵਰਨਮੈਂਟ ਤੋਂ, ਨਿਊਜ਼ੀਲੈਂਡ ਆਸਟ੍ਰੇਲੀਆ ਗਵਰਨਮੈਂਟ ਤੋਂ ਹੁੰਦੇ ਆ, ਅਸੀਂ ਟਰਾਈ ਕਰੀਦੇ ਆ ਉਹਦੇ 'ਤੇ ਅਪਡੇਟਸ ਪਾਏ ਜਾਣ, ਫਿਰ ਬੱਚਿਆਂ ਦੇ ਟੈਸਟੀਮੋਨੀਅਲਸ ਪਾਏ ਜਾਣ, ਬੱਚੇ ਉੱਧਰ ਜਿਹੜੇ ਪਹੁੰਚ ਚੁੱਕੇ ਨੇ ਉਹਨਾਂ ਦੀਆਂ ਉੱਧਰ ਜਿਹੜੀਆਂ, ਸੋ ਇਹ ਤੁਸੀਂ ਲਾਈਕ ਕਰਿਓ, ਇਹਦੇ 'ਤੇ ਤੁਹਾਨੂੰ ਨਾਲ ਦੀ ਨਾਲ ਅਪਡੇਟਸ ਮਿਲਦੇ ਰਹਿਣਗੇ। ਇਸ ਵਾਰ ਮਤਲਬ ਜਿਹੜਾ ਜਨਵਰੀ ਇਨਟੇਕ ਆ ਉਹਦੇ ਲਈ ਜਿਵੇਂ ਬਾਕੀ ਸਾਰੇ ਕਰਦੇ ਨੇ ਜੀ ਸੈਮੀਨਾਰਸ ਲਈ ਵੀ, ਹਾਂਜੀ ਚਲੋ ਇਕੱਠੇ ਹੋ ਕੇ ਜਾਓ, ਸਾਰੇ ਕਰਦੇ ਆ ਜੀ, ਅਸੀਂ ਵੀ ਸੈਮੀਨਾਰਸ ਕਰਦੇ ਹਾਂ, ਬਟ ਥੋੜ੍ਹਾ ਜਿਹਾ ਡਿਫਰੈਂਟ ਇਹ ਹੁੰਦਾ ਹੈ ਜੀ ਕਿ ਇੱਧਰ ਮੈਂ ਆਪ ਹੀ ਡਿਸਾਈਡ ਕਰਨਾ ਹੁੰਦਾ, ਬੱਚਿਆਂ ਨੂੰ ਆਪ ਹੀ ਮਿਲਣਾ ਹੁੰਦਾ, ਸਾਡਾ ਥੋੜ੍ਹਾ ਜਿਹਾ ਅਸੀਂ ਡਿਫਰੈਂਟ ਤਰੀਕੇ ਨਾਲ ਕੰਮ ਕਰਦੇ ਹਾਂ ਜੀ। ਇਮੀਗ੍ਰੇਸ਼ਨ ਕੰਪਨੀਜ਼ ਨੂੰ ਇਹ ਹੁੰਦਾ ਵੀ ਵੱਧ ਤੋਂ ਵੱਧ, ਵੱਧ ਤੋਂ ਵੱਧ ਟਾਰਗੇਟ ਦਿੱਤੇ ਹੁੰਦੇ ਆਪਣੇ ਬੱਚਿਆਂ ਨੂੰ, ਇਸ ਵਾਰ 500 ਵੀਜ਼ੇ ਕਰਨੇ, ਇਸ ਵਾਰ 500 ਫਾਈਲਾਂ ਲਾਉਣੀਆਂ, 700 ਫਾਈਲਾਂ, 1000 ਫਾਈਲਾਂ ਲਾਉਣੀਆਂ, ਮੈਂ ਐ ਨਹੀਂ ਕਰਦਾ ਜੀ, ਮੇਰੇ ਕੋਲ ਕਿਉਂਕਿ ਸਾਡਾ ਥੋੜ੍ਹਾ ਡਿਫਰੈਂਟ ਕੰਮ ਆ, ਮੈਨੂੰ ਰਸ਼ ਨਹੀਂ ਚਾਹੀਦਾ, ਮੈਨੂੰ 1000, 2000, 5000 ਸਟੂਡੈਂਟ ਨਹੀਂ ਚਾਹੀਦੇ, ਮੈਨੂੰ ਕਿੰਨੇ ਚਾਹੀਦੇ ਨੇ, ਉਨੇ ਸਟੂਡੈਂਟ ਚਾਹੀਦੇ ਨੇ ਜਿੰਨਾ ਮੈਂ, ਜਿੰਨਾ ਜਿੰਨਿਆਂ ਦਾ ਮੈਂ, ਮੇਰੇ ਵਾਈਫ ਜਾਂ ਮੇਰੀ ਜਿਹੜੀ ਉੱਪਰ ਲੈਵਲ ਦੀ ਟੀਮ ਆ ਜਿਨ੍ਹਾਂ ਦੀਆਂ ਕੈਨੇਡਾ ਤੋਂ ਹੋਈਆਂ ਹੋਈਆਂ ਨੇ ਟ੍ਰੇਨਿੰਗਸ, ਅਸੀਂ 5-4 ਲੋਕ ਰਲ ਕੇ ਜਿੰਨਾ ਕੰਮ ਕਰ ਸਕੀਏ ਅਸੀਂ ਉਨਾ ਹੀ ਕੰਮ ਲੈਣਾ, ਉਸ ਤੋਂ ਬਾਅਦ ਅਸੀਂ ਕੰਮ ਹੀ ਨਹੀਂ ਲੈਣਾ। ਅਸੀਂ ਪੰਜਾਬ 'ਚ 10, 12, 15 ਆਫਿਸ ਵੀ ਨਹੀਂ ਖੋਲ੍ਹਣੇ, ਕਦੇ ਮੰਚ 'ਤੇ ਹੀ ਬੋਲ ਰਹੇ ਹਾਂ ਜੀ, ਕਦੇ ਵੀ ਨਹੀਂ ਖੋਲ੍ਹਣੇ। ਸਾਡਾ ਚੰਡੀਗੜ੍ਹ ਆਫਿਸ ਆ ਬਹੁਤ ਵਧੀਆ ਚੱਲ ਰਿਹਾ ਸੀ ਜੀ, ਅੰਮ੍ਰਿਤਸਰ ਆਫਿਸ ਆ ਗੁਰੂ ਰਾਮਦਾਸ ਜੀ ਦੀ ਬਹੁਤ ਵਧੀਆ ਕਿਰਪਾ ਜੀ, ਉੱਥੇ ਬਹੁਤ ਵਧੀਆ ਚੱਲ ਗਿਆ, ਅਤੇ ਇੱਕ ਲੁਧਿਆਣਾ ਆਫਿਸ ਕਰਨ ਲੱਗੇ ਹਾਂ ਜੀ, ਸ਼ਾਇਦ ਇਸ ਤੋਂ ਬਾਅਦ ਅਸੀਂ ਕੋਈ ਆਫਿਸ ਵੀ ਨਾ ਕਰੀਏ ਜੀ ਪੰਜਾਬ ਦੇ ਵਿੱਚ, ਬਸ ਬਹੁਤ ਨੇ, ਜਿੰਨਾ ਕੰਮ ਜਿੰਨਾ ਕਰ ਸਕਦੇ ਹਾਂ ਉਨਾ ਹੀ ਕੰਮ ਲੈਣਾ। ਸੋ ਮੈਂ ਫਾਈਲਾਂ ਬਣਾਉਣੀਆਂ ਨੇ ਜੀ, ਇਹ ਇੰਨੇ ਵਧੀਆ ਰਿਜ਼ਲਟ ਆਉਣ ਦਾ ਜਿਹੜਾ ਸਭ ਤੋਂ ਜਿਹੜਾ ਇਹ ਮੇਨ ਰੀਜ਼ਨ ਸੀਗਾ ਜੀ, ਇੱਕ ਇੱਕ ਫਾਈਲ ਆਪਣੇ ਬੱਚਿਆਂ ਵਾਂਗੂ, ਇੱਕ ਇੱਕ ਫਾਈਲ ਟਿਪਸ 'ਤੇ ਯਾਦ ਸੀਗੀ ਜੀ, ਆਪ ਖੁਦ ਬੱਚਿਆਂ ਦੀਆਂ ਕੋਰਸ ਚੈੱਕ ਕਰਕੇ, ਫਾਈਲ ਚੈੱਕ ਕਰਕੇ ਆਪ ਲਗਾਈ ਆ। ਸੋ ਉਹਦੇ ਨਾਲ ਤੁਸੀਂ ਸਾਡੇ ਫੇਸਬੁੱਕ 'ਤੇ ਚੈਨਲਸ ਦੇ ਉੱਪਰ ਦੇਖਿਆ, ਸਾਡੇ ਜਿਹੜੇ ਰਿਜ਼ਲਟ ਨੇ ਜੀ 90% ਤੋਂ ਵੱਧ ਰਿਜ਼ਲਟ ਆਏ ਹੋਏ ਨੇ ਜੀ ਸਾਡੇ। ਹੁਣ ਜਿਵੇਂ ਸੈਮੀਨਾਰ ਕਰਨ ਜਾ ਰਹੇ ਹੋ, ਇਹਦੇ 'ਚ ਸਾਰਾ ਜੈਨ ਇਨਟੇਕ ਨੂੰ ਟਾਰਗੇਟ ਕੀਤਾ ਜਾ ਰਿਹਾ, ਬੱਚਿਆਂ ਨੂੰ ਬਿਲਕੁਲ ਜੀ, ਐਗਜੈਕਟਲੀ, ਇਹ ਸਾਰੇ ਜਨਵਰੀ ਇਨਟੇਕ ਲਈ ਨੇ ਜੀ, ਔਰ ਇਹਦੇ ਵਿੱਚ ਅਸੀਂ ਥੋੜ੍ਹਾ ਅਲੱਗ ਸੈਮੀਨਾਰਸ ਦੇ ਵਿੱਚ ਬਾਕੀਆਂ ਨਾਲੋਂ ਜਾਂ ਪਹਿਲਾਂ ਨਾਲੋਂ ਅਸੀਂ ਅਲੱਗ ਇਹ ਕਰ ਰਹੇ ਹਾਂ ਜੀ, ਇਹਦੇ ਵਿੱਚ 2-3 ਪ੍ਰੋਡਕਟ ਨਵੇਂ ਐਡ ਆਨ ਕੀਤੇ ਨੇ ਸੈਮੀਨਾਰਸ ਦੇ ਵਿੱਚ। ਨੋਰਮਲੀ ਅਸੀਂ ਸੈਮੀਨਾਰ ਦੇ ਵਿੱਚ ਸਿਰਫ ਕਾਲਜਸ ਦੀ ਐਡਮਿਸ਼ਨ ਕਰਦੇ ਸੀ ਜੀ, ਇਸ ਵਾਰ ਅਸੀਂ ਸੈਮੀਨਾਰਸ ਦੇ ਵਿੱਚ ਯੂਨੀਵਰਸਿਟੀਜ਼ ਦੀਆਂ ਵੀ ਐਡਮਿਸ਼ਨਸ ਕਰਨੀਆਂ ਨੇ ਜੀ। ਸੋ ਜਿਹੜੇ ਬੱਚੇ ਕੈਨੇਡਾ ਦੀਆਂ ਟੌਪ ਰੈਂਕ ਯੂਨੀਵਰਸਿਟੀਆਂ ਔਰ ਨਿਊਜ਼ੀਲੈਂਡ ਦੀਆਂ ਟੌਪ ਰੈਂਕ ਯੂਨੀਵਰਸਿਟੀਜ਼ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਲਾਈਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਾਣਾ ਚਾਹੁੰਦੇ ਆ, ਯੂਨੀਵਰਸਿਟੀ ਆਫ ਟੋਰੋਂਟੋ, ਬਟ ਉਹਦੀਆਂ ਐਲੀਜੀਬਿਲਟੀ ਕ੍ਰਾਈਟੇਰੀਆ ਤੁਸੀਂ ਪੂਰਾ ਕਰਦੇ ਹੋਣਾ ਚਾਹੀਦੇ ਹੋ, ਉਹ ਅਸੀਂ ਤੁਹਾਨੂੰ ਨੋਰਮਲੀ ਦੱਸ ਦਾਂਗੇ ਜਦੋਂ ਤੁਸੀਂ ਯੂਨੀਵਰਸਿਟੀਜ਼ ਲਈ ਆਓਗੇ। ਯੂਨੀਵਰਸਿਟੀ ਆਫ ਵਾਟਰਲੂ, ਸਾਈਮਨ ਫਰੇਜ਼ਰ, ਮੈਕਮਾਸਟਰ, ਯੂਨੀਵਰਸਿਟੀ ਆਫ ਕਨਕੋਡੀਆ, ਯੂਨੀਵਰਸਿਟੀ ਆਫ ਵਿਕਟੋਰੀਆ, ਯੂਨੀਵਰਸਿਟੀ ਆਫ ਐਲਬਰਟਾ, ਜਿੰਨੀਆਂ ਵੀ ਟੌਪ ਦੀਆਂ ਯੂਨੀਵਰਸਿਟੀਜ਼ ਨੇ ਕੈਨੇਡਾ ਦੀਆਂ, ਉਹਦੇ ਵਿੱਚ ਤੁਸੀਂ ਜਿਹੜੇ ਵੀ ਸਟੂਡੈਂਟ, ਯੂਨੀਵਰਸਿਟੀ ਆਫ ਵੈਸਟਰਨ ਓਨਟੈਰੀਓ ਜਿਹੜੀ ਕਿ ਟੌਪ ਰੈਂਕ ਯੂਨੀਵਰਸਿਟੀ ਆ, ਬਿਜ਼ਨਸ ਸਕੂਲਸ ਬਹੁਤ ਟੌਪ ਦਾ ਹੈ ਇਹਨਾਂ ਦਾ, ਸੋ ਉਹ ਬੱਚੇ ਜਿਹੜੇ ਟੌਪ ਰੈਂਕ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ, ਸਾਨੂੰ ਇੱਕ ਤਾਂ ਉਹ ਜ਼ਰੂਰ ਮਿਲਿਓ। ਸੈਕੰਡ, ਅਸੀਂ ਇੱਕ ਐਡ ਆਨ ਕੀਤਾ ਹੈ ਜੀ, ਬਹੁਤ ਸਾਰੇ ਲੋਕਾਂ ਨੇ ਗੰਦੇ ਤਰੀਕੇ ਨਾਲ USA ਨੂੰ ਸ਼ੁਰੂ ਕਰਕੇ ਬੰਦ ਵੀ ਕਰ ਲਿਆ ਹੋਇਆ ਜੀ। ਬਿਲਕੁਲ ਸਰ, ਮੈਂ ਕਹਿੰਦਾ ਜੀ ਇੱਕ ਵਾਰ ਰਿਜੈਕਟ ਕਰਾ ਚੁੱਕੇ ਜਾ ਸਾਰਿਆਂ ਦੇ, ਮਤਲਬ
किन बहुत सारे बच्चों का फ्यूचर खराब करवा चुके ने यूएसए, क्योंकि प्रॉपर तरीके नाल स्टार्ट ही नहीं होया सी, जदों के यूएसए भी एक बहुत वधिया डेस्टिनेशन हैगी आ बच्चों लिए। सो इनू प्रॉपर तरीके नाल असी नहीं किया जी हजे तक स्टार्ट, बिल्कुल भी नहीं किया, नहीं कर सकते सी, नहीं किया, क्योंकि जिहड़ा कुछ लोग कर रहे सी वो असी कर नहीं सकते सी। आ विद आइलेट्स आ जाओ, विदाउट आइलेट्स आ जाओ, 5 बैंड वाले आ जाओ, 5.5 बैंड वाले आ जाओ, नहीं उत्थे दे कोई घटिया कॉलेजेस, 2-4 यूनिवर्सिटीज पढ़ लिया यूएसए दे विच, घट्टो घट नहीं तां 10 हज़ार यूनिवर्सिटीज, 10-15 हज़ार यूनिवर्सिटी दे विचों 4-5 हज़ार यूनिवर्सिटियां दो दो कमरे वालियां भी ने जी, 3-3 कमरे वालियां भी ने। सो ये बहुत वड्डी गैम्बलिंग आ। सो असी प्रॉपर तरीके नाल यूएसए स्टार्ट करन लगे हां, यूएसए लई 4 साल का गैप आ जी, यूएसए चले जावांगे वो भी ना आयो, 5 साल का गैप आ जी, 40% मार्क्स आ जी, 45, मतलब गेम नहीं जी खेडनी असी, मैं आप थोनू ये दसनी चाहवा, यूएसए दी गेम खेडन लई यूएसए नहीं मैं स्टार्ट करन लग्या, भी चलो हुण यूएसए चो पैसे कमा लिए, पैसे कमाउन लई तां काम ही नहीं जी कीता, अज तक भी नहीं कीता, जे कीता हुंदा तां फिर साडे लक्षण कोई होर ही होने सीगे, जां साडी गल्लबात दा तरीका ही मेरे कुछ होर होना सी। सो ये यूएसए स्टार्ट करन लग्या इंटेलीजेंट बच्चों लई, वो बच्चों लई जिहड़े कैनेडा जाने लिए एलिजिबल ने, बट यूएसए भी सोच सकते हैं, ठीक है जी, करीम बच्चे। सो यूएसए इसलिए नहीं स्टार्ट करन लगे कि जेड़ा कूड़ा कबाड़ा, जेड़ा बचिया खचिया सारा उसनों कुछ आप अप्लाई उसे करना, भेज दिए। अप्लाई वाले पासे नहीं तुरना, वीजा लैण वाले पासे ज्यादा एग्जैक्टली, देखना। मतलब यूएसए नू प्रॉपर देखो, रेफरल्स जदों भी कोई काम शुरू करूंगा ता ए एक विश्वास होना थोड़ा सारे दा, वो विश्वास नू बनाई रखने लिए ही असी काम शुरू करांगे। सो इन प्लेटफॉर्म तो ये नहीं कि एक काम नहीं चल रहा चलो दूजा शुरू कर दो, जिवें बाकियां लई न्यूजीलैंड नहीं चल रहा हुण कैनेडा शुरू कर लो, या कैनेडा नहीं चल रहा जां हथ नहीं पिया हुण कोई नवा शुरू कर लो, जो बाकी करदे ने, नहीं बहुत वधिया चल रहा कैनेडा, तां ही नाल यूएसए स्टार्ट करन लग्या, बहुत वधिया तरीके नाल यूएसए स्टार्ट करन लग्या जी। फिर जदों कोई होर कंट्री ऐड ऑन करांगे, साडी पूरी रिसर्च टीम है, एक पूरी टीम बैठदी आ उत्थे रिसर्च करदी आ, मैं हुणे वापस आया जी, 1 वीक दा मेरा शॉर्ट ट्रिप सीगा यूएसए दा, सारा कंप्लीट चेक करन तो बाद आप जाके आप विजिट करके आप सारा कुछ देख के साइन होके अग्रीमेंट करके फिर हुण मैं स्टार्ट करन लग्या जी, नहीं तां लोग पहलां शुरू करदे आ फिर बाद एजेंट लभदे फिरदे आ कि हुण आ 10 जिहड़े केस लए ने यूएसए दे, ए अग्गे किहदे तों करवाउणे ने जाके। सो एवें दा नहीं जी काम कर रहे। सो जिहड़ा ऐड ऑन है जी सेमिनार्स दे विच, यूनिवर्सिटीज कैनेडा दियां सारियां टॉप रैंक यूनिवर्सिटीज, ऑब्वियसली कॉलेज भी हैगे ने जी, और यूएसए प्लस, इस तों इलावा जी वो कॉलेज जिन्हां नूं कोई भी नहीं, आ जिन्ने भी हुण तक तुसीं टीवी शो देख ले होणे आ, इन्हां च एक भी बंदे दे सेमिनार दे उपर, एक भी इमीग्रेशन कंपनी दे सेमिनार दे उपर ना डगलस कॉलेज दे कैनेडा तो आए डेलीगेट तुसी देखे हुण के, ना ही तुसी इन फ्यूचर देखने ने। सो ओबियसली वो साडा साडे मेन कॉलेजेस दे केपीयू डगलस, ये साडे मेन कॉलेजेस ने जी, ये साडे नाल ने जी इन्हां सारे सेमिनार वास्ते, अलोंग विद अदर कॉलेजेस भी, ये नहीं कल्ला ही कल्ला डगलस नहीं है, होर भी कॉलेजेस ने, बट डगलस कॉलेज भी साडे नाल होएगा 5 सेमिनारां ते जी, उन्हां दे जिहड़े मेन हैड ने वो साडे नाल होणगे। सो तुसी ऑन स्पॉट एडमिशन्स दे लई आके अपने डॉक्यूमेंट चेक करा के उन्हां नूं भी मिल सकदे हो। सो ए आइलेट्स दियां रजिस्ट्रेशन्स भी असी करांगे उत्थे, जिहड़े बच्चे कुछ रह गए जिन्हां दे आइलेट्स नहीं हो पा रहा, वार बार कर रहे हैं ट्राई, बैंड नहीं हो रहा, अप्रूव नहीं आ रहा, वह भी साढ़े कोल रजिस्टर्ड करवा सकते हैं, बैच साढ़े कोल। मेरा सवाल अगला यही सीगा भी इस टाइम भी कई बच्चे रह गए जिहड़े सितंबर अप्लाई नहीं कर पाए, बिकॉज ओनली आइलेट्स रिजल्ट मॉड्यूल्स पूरे नहीं हो पाए, वो जिहड़ी रिक्वायरमेंट सी। हाँ जी, थोड़ा भी सेंटर है, तुसी भी आइलेट्स कराने हो, किसे कमी देखी, क्योंकि थोनों भी सेमिनार्स विच मिले होने के, जिवें एक मॉड्यूल चो घट रह गए जी, दो मॉड्यूल चो घट रह गए, कमी बच्चे दी प्रोफाइल दे विच, बच्चे च क्या प्रॉपर गाइडेंस नहीं मिली? बच्चे च कमी नहीं है, एक कमी पढ़ाने वाले अच्छा जी। हुण श्री अमृतसर साहब असी ऑफिस स्टार्ट किया जी, तुसी जिहड़े जिहड़े भी दर्शकों ने देखिया, मैं रिक्वेस्ट करदा साडा चंडीगढ़ एंड अमृतसर एक बार ऑफिस जरूर देखियो, जिन्ने सोहणे असी ऑफिस बनाए हुए ने, साडे आइलेट्स इंस्टीट्यूट भी ने जी अमृतसर, साडी कैपेसिटी हैगी आ जी 150-200 बच्चों की, चंडीगढ़ 150-200 बच्चों की कैपेसिटी है जी, अमृतसर साड़ी 100 बच्चों की कैपेसिटी है जी। जदों असी इन्ना पैसा ला के एक ऑफिस बना सकते हैं तो असी उदे नालों अद्धा पैसा ला के एक 400-500 स्ट्रेंथ वाला आइलेट्स इंस्टीट्यूट नहीं खोल सकते जी? खोल सकते हैं जी, जदों असी एक काम ते इन्ना पैसा, एक करियाने वाला जी जे वह खंड बेच सकता तो गुड़ बेचने च उन्हें की प्रॉब्लम है, जो खंड 10 किलो 20 किलो 30 किलो बेच सकता तो उन्होंने 500 किलो खंड बेचने की प्रॉब्लम है। सो बट असी उन्हें 50-100 सीटा का ही इसलिए रखिया, 150 सीटा का इसलिए रखिया, इन्नी पढ़ाने छोटे क्लासरूम इन्नी पढ़ाने,
क्योंकि इन्हें वधिया क्वालिटी दे दो भाजी। क्वेंटिटी मैटर नहीं करती, क्योंकि क्वेंटिटी नाल मैं संधू भाजी नाल ना ऑफ द रिकॉर्ड असी गल कर रहे सीगे जी बैठे कि प्लेयर किन्ने तरह के होंगे जी, किन्ने तरह के प्लेयर होंगे आ। कोई 100 मीटर वाला जी, कोई 200 मीटर वाला, कोई 400 मीटर वाला, एक मैराथन वाले होंगे जी। सो असी मैराथन वाले हाँ जी, असी 100 100 200 200 मीटर वाले नहीं है भी काम खत्म किया, पैसे कट्ठे किए तो निकल लो। लंबी रेस दे असी असी खिडारी हाँ जी, लंबी रेस खेडन लई रैफल जैडू सिटी इत्थे है जी थोड़े विच। सो असी जिहड़ा आइलेट्स करवा रहे हैं असी क्वेंटिटी नहीं देख रहे, क्वेंटिटी का मतलब है कि पैसे कट्ठे करो फटाफट, बैंड ऑन ना ऑन भी नहीं। और नंबर्स नहीं बताए जा रहे, 200 400 500 बच्चा पता है जी, बड़ी वाहवा हो रही है उस हाँ चीज जी, की। वो नहीं जी कर रहे जिवें बाकी जिहड़े प्रोफेशनल इंस्टीट्यूट ने किया होया, छोटे छोटे जगराओं खोलता जी, नवां शहर खोलता, खन्ने खोलता, छोटे छोटे जगह के उपर खोलता, क्वालिटी नू कंप्रोमाइज किया नहीं जी। दो या दो ही ने हजे, लुधियाना साडा स्टार्ट होने वाला है जी, अमृतसर ते चंडीगढ़ ही आइलेट सेंटर, इन्ने ही ने जी, इन्ने ही बच्चे पढ़ाने ने। सॉरी फॉर नवे जिहड़े स्टूडेंट सारे ने जी, उन्हां नू कह दे जी सॉरी सीटां फुल ने जी। ये पहला असी साडा आइलेट्स इंस्टीट्यूट है जी, जिस असी सानू आके लोग कहंदे ने, कहंदे जी लोग बाजा मार दिया भी साढ़े को आइलेट्स करा लो जी, आ जाओ से आ ऑफर देवे, इन्ने देवे इन्ने देवे, तुम कहने साढ़े को सीटा है नहीं जी, की करिए। जिन्हें पढ़ रहे हैं उन्होंने जो चंगी तरह पढ़ा दीए फिर नवे ले लेंगे जी। खप खाना पाउन का साडा रीति रिवाज नहीं है जी, इसलिए असी क्वालिटी ते फेथ करते हैं। सो जेड़े बच्चे जिन्हों का आइलेट्स नहीं आ रहा, नहीं हो पा रहा, मैं रिक्वेस्ट भी करता हूँ पेरेंट्स नूं कि ना बच देखो थोड़ा 2 4 5 हज़ार 10 हज़ार रुपया जरूर बच जाता जो तुम उन्होंने चंडीगढ़ नहीं भेजते, पर थोड़ा साल जाता है। एक बार बच्चे का एक मॉड्यूल चो अद्धा नंबर भी घट गया तो वो सोचो गल चली कितने जाती है। और इस बार हुण होर गल मेरी ध्यान नाल सुनियो सारे, सितंबर तो जनवरी दे विच तां महीने ही 2 या 3 सीगे फाइलां लाउण दे। सितंबर दियां जनवरी दियां फाइल ने ना जी जिहड़ियां, वो सितंबर च लगनियां शुरू हो जाणियां बिल्कुल सर, वो सितंबर वालियां भी कई वो ऑलरेडी शिफ्ट हो गई जिन्हां नूं है जी। सीट्स नहीं मिलियां। जनवरी वालियां ध्यान नाल सुनियो, जनवरी वालियां फाइलां सितंबर च लगनियां भी शुरू हो गईयां। सो इसलिए सितंबर दा ते जनवरी दा तां फर्क है नहीं सी, कोई गल नहीं, थोड़ा सितंबर दे विच तुसी किसे वजह करके रह गए, थोड़ा आइलेट्स नहीं आया, कुछ भी हो गया, कोई गल नहीं, आपा भी कहिंदे सी कोई ना, फिर की होया। वैसे एक महीने बाद तुसी सितंबर च अगस्त च लाउणी सी, सितंबर च ला दो जनवरी दी फाइल, हो कहिंदे सी। हुण जनवरी दे विच जे रह गए फिर फरवरी मार्च अप्रैल मई जून जुलाई अगस्त, 7 महीने पै गए जी। फिर और गैप हो गया बच्चा पास आउट कदों दा थोड़ा, 16 मार्च दा, ते जाना कदों आ सितंबर 17 च, है ना जी, सितंबर तो पहले ही कढ़ लिया सी। जे जनवरी निकलिया हुण थोड़े बच्चों को 1.5 साल का गैप आ, पता नहीं सितंबर 17 लई कैनेडा की रूल बनावे, क्योंकि आ सितंबर च इन्ने बच्चे चले गए और आ जनवरी च इन्ने बच्चे चले जाने आ, अगली पॉलिसी नेक्स्ट सितंबर 17 लई नवी बनूगी कि बच्चे होर ज्यादा चाहिए या होर टाइट करने हैं कि असं हूँ डिग्री वाला सिस्टम शुरू कर दिए। मैं वैसे ही गल कर रहा, कुछ भी हो सकता है कि 6.5 बैंड ओवरऑल किए जा सकते हैं, या वो होर क्रीम पहले ही क्रीम लै रहे हैं, वह कह जी हम साढ़े को देखो जो बंदे को ऑप्शन बढ़ जाए ने, जो एक सीट लई 3 बच्चे अपलाई करते हैं तो ठीक है, जो एक सीट लई 10 बच्चे अपलाई कर देंगे, 10 हज़ार स्टूडेंट लिए 1 लाख अप्लाई करूंगा, तो 1 लाख चो फिर 10 हज़ार उन्होंने 10 चो 1 चूज करना। सो नेक्स्ट टाइम लिए की रूल हो सकते हैं, की पॉलिसीज हो सकती हैं, गॉड नोज। इस बार जनवरी मिस ना करो और जनवरी जान लिए राइट टाइम है जी अप्लाई करन दा, सानू मिलो, साड़ी सारी टीम नू मिलो, सानू आके साढ़े हर टीम हर ऑफिस दे विच साढ़े एक्सपर्ट्स ने मिलो, उन्हां नू अपने डॉक्यूमेंट्स दवो, आ सेमिनार्स ते मैं ही आ रहा जी, आके मिलो, लेट ना करो। बस एक गल का ध्यान जरूर रखियो जी, अपनी फाइल देने तो पहला सोच लियो कि आ बंदा असी ना नॉर्मली कई बार की हुंदा अमन भाजी, आपां मोबाइल लैना 4 दुकानां ते जाने आ, एप्पल दा आ दे रहा 46,800 दा, आ दे रहा 46,900 दा, आ दे रहा 46,500 दा, आ लै लो ठीक है, 200 रुपया 300 रुपया घट दे रहा लै लो सर्विस, इत्थे बच्चा आ $100 माफ कर रहा, आ चीज दे रहा, आ चीज दे रहा, ये देख के अपने बच्चों की एडमिशन ना करायो, ये देख के एडमिशन करवायो कि आफ्टर वीजा जिहड़ियां सर्विसेस ने वो किने तुहानूं देनियां ने, कैनेडा च भी कोई हैगा बांह फड़न वाला कि जां इत्थे बैठ के गल्लां मारन वाले ने, दिवाली दे समान वांगू समान बेच के बाद विच वो अपना बोरिया बिस्तरा चक्क फिर के उही होण वाले 100 200 मीटर वाली रेस वाले काम आ जाणा, वी उही बिल्कुल रेस दौड़ के ते फाइनल कर लिया।
बट ये एक चीज़ बहुत सोहनी कही ये सर ने भी जी क्वांटिटी है वो वाल ध्यान ना दे के क्वालिटी वाल ध्यान दिता जा रहा है। और सेम कैनेडा की भी पॉलिसी यही है, कैनेडा भी क्वांटिटी नहीं देखता भी असं वध बच्चे ले लिए, क्वालिटी देखते हैं भी असं क्वालिटी स्टूडेंट्स चक लीए। सो ही सेम पॉलिसी से चल रहे हैं इन्हों के सैमीनार। एक बार मैं बोल देना 9 तरीक बठिंडा, 10 नूं अमृतसर, 11 जलंधर, 12 लुधियाना, 13 चंडीगढ़। ये विजिट कर सकते हो। जिहड़े बच्चों ने इन्हां वल्लों सर्विसेज लईआं, कुछ बच्चे अज मेरे नाल मौजूद ने जिहड़े थोड़े नाल अपना एक्सपीरियंस साझा करना चाहुंदे ने, मैं भी चाहुंदा तुसीं उन्हां नूं सुणो ताकि जिहड़ी रैफल्स एजुसिटी वल्लों ये चीज़ां थोड़े अगे क्लीयर कीतियां जांदियां या एक फेथ दी गल हुंदी है, बाकी जिहड़े बच्चों ने किया उन्हां दा की एक्सपीरियंस रहा, आओ सुणदे हां। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਸਾਜਪ੍ਰੀਤ ਸਿੰਘ ਹੈ ਐਂਡ ਮੈਂ ਬਟਾਲੇ ਤੋਂ ਹਾਂ। ਅਤੇ ਮੇਰਾ ਨਾ ਅੱਜ ਵੀਜ਼ਾ ਆਇਆ ਹੈ ਰੈਫਲਸ ਐਸੋਸੀਟੀ ਤੋਂ, ਅਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਬਹੁਤ ਲੇਟ ਹੋ ਚੁੱਕਿਆ ਸੀ ਵੀਜ਼ਾ ਵੀ ਫਾਈਲ ਡਿਪੋਜ਼ਿਟ ਕਰਾਉਣ 'ਚ, ਬਿਕੋਜ਼ ਕਿਉਂਕਿ ਮੈਂ ਲਾਸਟ ਈਅਰ ਦੀ ਪਲੱਸ ਟੂ ਕੀਤੀ ਸੀ ਅਤੇ ਮੇਰੇ ਲਈ ਬਹੁਤ ਡਿਫੀਕਲਟ ਸੀ ਕਿਉਂਕਿ ਮੇਰਾ ਗੈਪ ਬਹੁਤ ਜ਼ਿਆਦਾ ਹੋ ਗਿਆ ਸੀ। ਪਰ ਜਦੋਂ ਮੈਨੂੰ ਟੀਵੀ 'ਤੇ ਵੇਖਿਆ, ਮੈਂ ਸੁਹੰਤ ਸੰਧੂ ਦੀ ਇੰਟਰਵਿਊ ਵੇਖੀ, ਸੋ ਮੈਨੂੰ ਪਤਾ ਲੱਗਾ ਅੰਮ੍ਰਿਤਸਰ ਆਫਿਸ ਖੁੱਲ੍ਹਾ। ਮੈਂ ਫਿਰ ਅੰਮ੍ਰਿਤਸਰ ਆਇਆ ਅਤੇ ਮੈਂ ਇੱਥੇ ਮੰਜੂ ਸ਼ਰਮਾ ਮੈਡਮ ਨੂੰ ਮਿਲਿਆ ਅਤੇ ਮੈਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਗਾਈਡ ਕੀਤਾ ਅਤੇ ਪ੍ਰੋਪਰ ਕੋਰਸ ਲੈ ਕੇ ਦਿੱਤਾ ਅਤੇ ਪ੍ਰੋਪਰ ਕਾਲਜ ਜੋਰਜੀਅਨ ਕਾਲਜ ਬੈਰੀ ਵਿੱਚ ਲੈ ਕੇ ਦਿੱਤਾ ਅਤੇ ਮੈਨੂੰ ਬਹੁਤ ਵਧੀਆ ਲੱਗਾ। ਅਤੇ ਦੈਨ ਮੈਂ ਆਪਣੇ ਹੋਰ ਫਰੈਂਡਸ ਨੂੰ ਵੀ ਸੁਜੈਸਟ ਕੀਤਾ ਵੀ ਇੱਥੇ ਆਓ, ਅਤੇ ਬਟ ਇਹਨਾਂ ਨੇ 20 ਦਿਨਾਂ ਵਿੱਚ ਮੇਰਾ ਵੀਜ਼ਾ ਲਵਾ ਦਿੱਤਾ ਅਤੇ ਮੈਂ ਬਹੁਤ ਖੁਸ਼ ਹਾਂ ਜਦੋਂ ਮੇਰਾ ਵੀਜ਼ਾ ਆਇਆ ਕਿਉਂਕਿ ਮੈਨੂੰ ਸਟ੍ਰੈਸ ਬਹੁਤ ਹੀ, ਮੇਰੀ ਰਾਤਾਂ ਦੀ ਨੀਂਦ ਵੀ ਉੱਡ ਗਈ ਕਿਉਂਕਿ ਰਾਤੀ ਨੀਂਦ ਹੋਣੀ ਆਉਣੀ ਹੁੰਦੀ ਇੰਨੀ ਸਟ੍ਰੈਸ, ਕਿਉਂਕਿ ਜਦੋਂ ਕੋਈ ਫਰੈਂਡ ਜਾਂਦਾ ਤਾਂ ਦੁੱਖ ਹੁੰਦਾ ਥੋੜ੍ਹਾ ਜਿਹਾ ਵੀ ਆਪਾਂ ਇਕੱਲੇ ਰਹਿ ਜਾਂਦਾ ਹੋਏ ਇੱਦਾਂ। ਅਤੇ ਪਰ ਇਹਨਾਂ ਨੇ ਵੀਜ਼ਾ ਲਵਾ ਕੇ ਅਤੇ ਮੈਂ ਕਿਹਾ ਮੇਰੀ ਖੁਸ਼ ਕਰਤਾ ਹੁਣ, ਅਤੇ ਮੈਂ ਹਰ ਇੱਕ ਨੂੰ ਇਹੋ ਕਹਿਣਾ ਵਾ ਕਿ ਜੇ ਕੈਨੇਡਾ ਦੀ ਫਾਈਲ ਲਵਾਉਣੀ ਆ ਤਾਂ ਜ਼ਰੂਰ ਰੈਫਰੈਂਸ ਮੇਰੇ ਕਰ ਵਿਜ਼ਿਟ ਕਰੋ, ਇਹ ਪ੍ਰੋਪਰ ਗਾਈਡ ਕਰਦੇ ਆ ਬੱਚੇ ਨੂੰ ਅਤੇ ਹਮੇਸ਼ਾ ਇੱਧਰ ਵੀ ਇਸ ਕੰਟਰੀ 'ਚ ਵੀ ਕੈਨੇਡਾ 'ਚ ਵੀ ਹੈਲਪ ਕਰਦੇ ਆ। ਸੋ ਮੈਂ ਬਹੁਤ ਥੈਂਕ ਯੂ ਕਰਦਾ ਏ ਮੰਜੂ ਬੈਡਮ ਦਾ ਅਤੇ ਸਵਰਨ ਸਾਹਿਬ ਦਾ, ਅਤੇ ਲੋਕਾਂ ਨੂੰ ਸੁਜੈਸਟ ਕਰਦਾ ਇੱਕ ਵਾਰੀ ਜ਼ਰੂਰ ਇੱਥੇ ਵੀ ਕੋਈ ਓਬਜੈਕਸ਼ਨ ਕਰਕੇ ਸਾਨੂੰ ਜ਼ਰੂਰ ਹੈਲਪ ਕਰਦੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਬੜੇ ਖੁਸ਼ ਹਾਂ ਅੱਜ, ਮੇਰਾ ਬੇਟਾ ਵਿਸ਼ਵਜੀਤ ਸਿੰਘ, ਇਹਨਾਂ ਦਾ ਅਸੀਂ ਪਾਸਪੋਰਟ ਜਿਹੜਾ ਇਹਨਾਂ ਕੋਲ ਲਾਇਆ, ਆਪਣਾ ਵੀਜ਼ਾ ਅਪਲਾਈ ਕੀਤਾ ਰੈਫਰੈਂਸ ਐਡਮਿਸ਼ਨ ਦੇ ਕੋਲ, ਅਤੇ ਇਹਨਾਂ ਦੀ ਡੀਲਿੰਗ ਬੜੀ ਵਧੀਆ ਲੱਗੀ। ਜਿੱਦਾਂ ਸਵਰਨ ਸਿੰਘ ਸੰਧੂ ਜੀ ਹੈਗੇ ਨੇ ਆਪਣੇ ਰੈਫਰੈਂਸ ਜਿਹੜੇ ਨੇ ਮੈਨੇਜਰ ਨੇ ਜਾਂ ਹੈੱਡ ਨੇ, ਉਹਨਾਂ ਨੇ ਬਹੁਤ ਵਧੀਆ ਸਾਨੂੰ ਗਾਈਡ ਕੀਤਾ ਸੈਮੀਨਾਰ ਸੀ ਜਲੰਧਰ, ਉੱਥੇ ਹੀ ਜਾ ਕੇ ਉਹਨਾਂ ਨੇ ਮਿਲੇ। ਉਹਨਾਂ ਨੇ ਕਿਹਾ ਵੀ ਆਪਾਂ ਇਸੇ ਸਤੰਬਰ ਇੰਟੇਕ ਲਈ ਆਪਾਂ ਜਿਹੜਾ ਅਪਲਾਈ ਕਰ ਲਈਏ, ਅਤੇ ਬਸ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਤਕਰੀਬਨ 20-22 ਦਿਨ ਦੇ ਵਿੱਚ ਹੀ ਸਾਰਾ ਕੁਛ ਪ੍ਰੋਸੈਸ ਅਸੀਂ ਕੰਪਲੀਟ ਕੀਤਾ, ਅਤੇ ਸਾਡਾ 20-22 ਦਿਨ ਦੇ ਬਾਅਦ ਵੀਜ਼ਾ ਆ ਗਿਆ। ਅਤੇ ਅਸੀਂ ਬੜੇ ਖੁਸ਼ ਹਾਂ ਵੀ ਰੈਫਰਲ ਐਡਮਿਸ਼ਨ ਦੀ ਜਿਹੜੇ ਮੈਨੇਜਮੈਂਟ ਹੈ ਉਹਨਾਂ ਨੇ ਸਾਨੂੰ ਬੜਾ ਵਧੀਆ ਡੀਲ ਕੀਤਾ ਅਤੇ ਵੀਜ਼ਾ ਆਉਣ 'ਤੇ ਬੜੇ ਖੁਸ਼ ਹੋਏ ਹਾਂ ਵੀ ਚਲੋ ਬੱਚੇ ਦੀ ਮਿਹਨਤ ਕੀਤੀ, ਸਾਡੀ ਮਿਹਨਤ ਕੀਤੀ, ਸਟਾਫ ਦੀ ਮਿਹਨਤ ਕੀਤੀ, ਜਿਹੜੀ ਉਹ ਕੰਮ ਆ ਗਈ ਆ। ਬਾਕੀ ਸੰਧੂ ਸਾਹਿਬ ਜਿਹੜੇ ਨੇ ਉਹ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਡੀਲ ਕਰਦੇ ਨੇ ਜਾਂ ਗਾਈਡ ਕਰਦੇ ਨੇ, ਕੋਈ ਕਿਸੇ ਨੂੰ ਮਿਸਗਾਈਡ ਨਹੀਂ ਕਰਦੇ ਅਤੇ ਚੰਗੀ ਸਲਾਹ ਦਿੰਦੇ ਨੇ ਜਿਹਦੇ ਨਾਲ ਬੱਚਾ ਆਪਣਾ ਭਵਿੱਖ ਜਿਹੜਾ ਵਧੀਆ ਬਣਾ ਸਕਦਾ ਅਤੇ ਕੈਨੇਡਾ ਦੇ ਵਿੱਚ ਸੈੱਟ ਹੋ ਸਕਦਾ ਅਤੇ ਆਪਣੇ ਜੀਵਨ ਨੂੰ ਜਿਹੜਾ ਚੰਗਾ ਬਤੀਤ ਕਰ ਸਕਦਾ। ਮੈਂ ਬਹੁਤ ਧੰਨਵਾਦ ਹਾਂ ਡਾਕਟਰ ਅਰਸ਼ਿਤ ਦਾ, ਜਿਹੜੇ ਲੋਕਾਂ ਨੂੰ ਚੰਗਾ ਗਾਈਡ ਕਰਕੇ ਅਤੇ ਬੱਚਿਆਂ ਦੀ ਜਿਹੜਾ ਜੀਵਨ ਵਧੀਆ ਬਣਾ ਰਹੇ ਨੇ। ਸੰਧੂ ਸਾਹਿਬ ਗੱਲ ਕਰਦੇ ਹੁੰਦੇ ਵੀ ਲੋਕ ਕਹਿੰਦੇ ਨੇ ਵੀ ਮੇਰਾ ਵੀਜ਼ਾ ਲੱਗਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਖਤਮ ਹੋ ਗਈ, ਪਰ ਸੰਧੂ ਸਰ ਕਹਿੰਦੇ ਵੀ ਵੀਜ਼ਾ ਲੱਗਣ ਤੋਂ ਬਾਅਦ ਮੇਰੀ ਜਿਹੜੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਆ। ਮੈਂ ਬੱਚੇ ਦੇ PR ਤੱਕ ਨਾਲ ਹਾਂ, ਕੋਈ ਪ੍ਰੋਬਲਮ ਹੋਵੇ ਤਾਂ ਬੱਚੇ ਦੇ ਉਹ ਨਾਲ ਨੇ, ਇਸ ਕਰਕੇ ਮੈਂ ਸੰਧੂ ਸਾਹਿਬ ਦਾ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਉਹ ਜਨਤਾ ਨੂੰ ਜਾਂ ਆਮ ਬੱਚਿਆਂ ਨੂੰ ਜਿਹੜਾ ਉਹਨਾਂ ਦੇ ਭਵਿੱਖ ਵਾਸਤੇ ਵਧੀਆ ਢੰਗ ਦੇ ਨਾਲ ਉਹਨਾਂ ਨੂੰ ਡੀਲ ਕਰਦੇ ਨੇ। ਥੈਂਕ ਯੂ। ਸੋ ਮਾਈ ਨੇਮ ਇਜ਼ ਈਸ਼ਰਜੀਤ ਸਿੰਘ, ਸੋ ਮੈਂ ਵੀ ਬਹੁਤ ਖੁਸ਼ ਹਾਂ ਵੀ ਮੈਂ ਆਪਣਾ ਵੀਜ਼ਾ ਅੱਜ ਅਚੀਵ ਕਰ ਲਿਆ ਵਾ, ਅਤੇ ਮੈਂ ਸਾਰਾ ਤਾਂ ਮਸ਼ਹੂਰ ਇੱਕੋ ਡੈਲ ਕਹਿਣਾ ਚਾਹੂੰਗਾ ਕਿ ਜਾਂ ਰਾਹ ਪੈ ਜਾਣੇ ਜਾਂ ਵਾਹ ਪੈ ਜਾਣੇ, ਸੋ ਮੈਂ ਰਾਹ ਪਿਆ ਜੋ ਮੈਂ ਵਾਹ ਜਾਣ ਲਈ ਆ। ਮੈਂ ਦਿਲੋਂ ਧੰਨਵਾਦ ਹਾਂ ਸਾਰੀ ਮੈਨੇਜਮੈਂਟ ਦਾ ਅਤੇ ਇਸ ਸੰਸਥਾ ਸੰਧੂ ਸਾਹਿਬ ਦਾ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਰਸ਼ਦੀਪ ਸਿੰਘ ਅਤੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਵਾਂ, ਅਤੇ ਮੈਂ ਇਹਨੀ ਦਿਨੀ ਆਪਣਾ ਕੈਨੇਡਾ ਦਾ ਵੀਜ਼ਾ ਹਾਸਿਲ ਕੀਤਾ ਵਾ ਸੰਧੂ ਸਰਮ ਦੇ ਐਫਰਟਸ ਦੇ ਨਾਲ, ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਰੈਫਲਸ ਐਜੂਸਿਟੀ ਦਾ ਜਿਨ੍ਹਾਂ ਨੇ ਮੈਨੂੰ ਬੜੀ ਸਹੀ ਗਾਈਡੈਂਸ ਦਿੱਤੀ, ਜਿਨ੍ਹਾਂ ਦੀ ਬਦੌਲਤ ਅੱਜ ਮੇਰਾ ਵੀਜ਼ਾ ਮੇਰੇ ਕੋਲ ਹੈ। ਮੈਂ ਪਹਿਲਾਂ ਮਿਸਗਾਈਡ ਕਿਸੇ ਹੋਰ ਕੰਸਲਟੈਂਟ ਕੋਲ ਫਾਈਲ ਲਗਾ ਕੇ ਮਿਸਗਾਈਡ ਹੋਇਆ ਸੀ, ਜਿਹਦੇ ਨਾਲ ਮੇਰੀ SPP ਦੇ ਅੰਡਰ ਰਿਜੈਕਸ਼ਨ ਹੋ ਗਈ, ਪਰ ਫਿਰ ਵੀ ਸਵਰਨ ਸੰਧੂ ਸਰ ਨੇ ਮੇਰੀ ਜਨਰਲ ਕੈਟੇਗਰੀ ਚ ਲਾ ਕੇ ਮੇਰਾ ਅੱਜ ਵੀਜ਼ਾ ਮੇਰੇ ਕੋਲ ਹੱਥ ਚ ਆ ਗਿਆ ਤੇ ਮੇਰੇ ਸੁਪਨਿਆਂ ਨੂੰ ਟੁੱਟਣੋਂ ਬਚਾ ਲਿਆ। ਮੈਂ ਅਤਿ ਧੰਨਵਾਦੀ ਇਹਨਾਂ ਦਾ ਤਹਿ ਦਿਲੋਂ, ਪੂਰੇ ਸਮੁੱਚੇ ਸਟਾਫ ਦਾ। ਇਹਨਾਂ ਨੇ ਜੋ ਵੀ ਗੱਲ ਕਰਦੇ ਆ ਟਰਸਟਫੁਲੀ ਕਰਦੇ ਆ, ਇਹਨਾਂ ਦੀਆਂ ਗੱਲਾਂ 'ਚ ਵੀ ਇਮਾਨਦਾਰੀ ਆ, ਤੇ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਇਹਨਾਂ ਦਾ ਦਿਲੋਂ, ਤੇ ਮੈਂ ਆਪ ਜੀ ਨੂੰ ਵੀ ਅਪੀਲ ਕਰਦਾ ਵੀ ਇੱਕ ਵਾਰੀ ਜ਼ਰੂਰ ਇਹਨਾਂ ਕੋਲ ਆ ਕੇ ਗਾਈਡੈਂਸ ਲਓ ਤੇ ਆ ਮੇਰਾ ਵੀਜ਼ਾ ਲਾ ਕੇ ਅੱਜ ਤੁਹਾਡੇ ਸਾਹਮਣੇ ਆ।
ਤੇ ਮੈਂ ਇੱਕ ਵਾਰੀ ਫੇਰ ਤਹਿ ਦਿਲ ਤੋਂ ਥੈਂਕ ਯੂ ਕਰਦਾ ਸਵਰਨ ਸੰਧੂ ਸਰ ਦਾ, ਪ੍ਰਿਚਾ ਮੈਮ ਦਾ, ਥੈਂਕ ਯੂ ਰੈਫਰਸ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਪ੍ਰੀਤ ਸਿੰਘ ਹੈ ਤੇ ਮੈਂ ਮੋਗੇ ਤੋਂ ਬਿਲੋਂਗ ਕਰਦਾ। ਅੱਜ ਮੈਂ ਚੰਡੀਗੜ੍ਹ ਰੈਫਰਲ ਐਜੰਸੀ ਆਪਣਾ ਵੀਜ਼ਾ ਲੈਣ ਆਇਆ, ਕੈਨੇਡਾ ਦਾ ਵੀਜ਼ਾ ਮੇਰਾ ਇੱਥੋਂ ਮਿਲਿਆ ਹੈ ਮੈਨੂੰ, ਤੁਸੀਂ ਸਾਰਿਆਂ ਨੇ ਮੇਰਾ ਵੀਜ਼ਾ ਦੇਖ ਸਕਦੇ ਹੋ। ਇੱਥੇ ਆਉਣ ਤੋਂ ਪਹਿਲਾਂ, ਰੈਫਰਲ ਐਜੰਸੀ ਵਿਜ਼ਿਟ ਕਰਨ ਤੋਂ ਪਹਿਲਾਂ ਬਹੁਤ ਸਾਰੇ ਏਜੰਟ ਕੋਲ ਗਿਆ, ਮੋਗੇ ਵੀ ਦੇਖੇ, ਤਾਂ ਕਈਆਂ ਨੇ ਮੈਂ ਮਿਸਗਾਈਡ ਵੀ ਕੀਤਾ ਤੇ ਮੇਰੀ ਆਲਰੇਡੀ ਰਿਫਿਊਜ਼ਲ ਆ ਗਈ ਸੀ। ਤੇ ਫਿਰ ਮੈਂ ਦੁਬਾਰਾ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਜਦੋਂ ਆਪਾਂ ਸੈਕਿੰਡ ਟਾਈਮ ਫਾਈਲ ਲਗਾਉਣਾ ਰਿਫਿਊਜ਼ਲ ਤੋਂ ਬਾਅਦ ਤਾਂ ਕੈਨੇਡਾ ਵੀਜ਼ਾ ਨਹੀਂ ਦਿੰਦੀ, ਪਰ ਇੱਦਾਂ ਨਹੀਂ ਹੁੰਦਾ। ਮੈਂ ਰੈਫਰਲ ਐਜੰਸੀ ਫਿਰ ਆਇਆ ਤਾਂ ਇਹਨਾਂ ਤੇ ਮੈਂ ਵਿਸ਼ਵਾਸ ਕੀਤਾ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਇਸ ਤੋਂ ਜ਼ਰੂਰ ਵੀਜ਼ਾ ਲੈ ਕੇ ਦੇਵਾਂਗੇ। ਇਹਨਾਂ ਦੀ ਟੀਮ ਬਹੁਤ ਹੀ ਹੈਲਪਫੁਲ ਆ, ਉਹਨਾਂ ਨੇ ਬਹੁਤ ਵਧੀਆ ਕੋਰਸ ਚੂਜ਼ ਕਰਕੇ ਦਿੱਤਾ ਮੈਨੂੰ, ਕਾਲਜ ਵੀ ਬਹੁਤ ਵਧੀਆ ਜਾਰਜੀਅਨ ਕਾਲਜ ਲੈ ਕੇ ਦਿੱਤਾ ਤੇ 30 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਮੇਰੇ ਕੋਲ ਆ ਗਿਆ ਤੇ ਹੁਣ ਮੈਂ ਬਹੁਤ ਖੁਸ਼ ਹਾਂ। ਤੇ ਸਟਾਫ ਇੱਥੋਂ ਦਾ ਬਹੁਤ ਵਧੀਆ, ਮੈਂ ਜਿਵੇਂ ਆਪਣੇ ਮੋਗੇ ਵੀ ਹੁੰਦਾ ਸੀ ਘਰੇ ਤਾਂ ਮੈਂ ਜਦੋਂ ਵੀ ਫੋਨ ਕੀਤਾ ਤਾਂ ਇਹਨਾਂ ਨੇ ਮੇਰੀ ਹੈਲਪ ਕੀਤੀ, ਵਧੀਆ ਗਾਈਡੈਂਸ ਦਿੱਤੀ ਤੇ ਅੱਜ ਮੈਂ ਆਪਣਾ ਵੀਜ਼ਾ ਲੈ ਕੇ ਬਹੁਤ ਖੁਸ਼ ਹਾਂ। ਸੋ ਇਹ ਸੀ ਜੀ ਕੁਛ ਸਟੂਡੈਂਟਸ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ, ਆਪਣਾ ਫੇਥ ਕਰਕੇ ਜਿਹੜਾ ਐਕਸਪੀਰੀਅੰਸ ਹਾਸਲ ਕੀਤਾ ਰੈਫਰਲ ਯੂਨੀਵਰਸਿਟੀ ਨਾਲ, ਉਹ ਤੁਹਾਡੇ ਨਾਲ ਸ਼ੇਅਰ ਕੀਤਾ। ਉਮੀਦ ਕਰਦੇ ਹਾਂ ਤੁਸੀਂ ਵੀ ਇਹਨਾਂ ਚੀਜ਼ਾਂ ਤੋਂ ਕਾਫੀ ਕੁਛ ਸਿੱਖ ਪਾਏ ਹੋਵਾਂਗੇ ਤੇ ਉਮੀਦ ਇਹ ਵੀ ਕਰਦੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਅੱਗੇ ਜਿਹੜੀ ਵੈਲਿਊਏਬਲ ਤੁਹਾਡੇ ਲਈ ਕੁਐਰੀਜ਼ ਨੇ ਉਹ ਪਹੁੰਚਾ ਪਾਏ ਹੋਵਾਂਗੇ। ਕੋਈ ਜਾਣਕਾਰੀ ਐਸੀ ਰਹਿ ਗਈ ਜਿਹੜੀ ਮੇਰੇ ਤੋਂ ਨਹੀਂ ਪੁੱਛੀ ਗਈ, ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਡਾਇਰੈਕਟ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਵੀ ਅਪੁਆਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ। ਮੇਰੇ ਕੋਲ ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ। ਸੋ ਸੰਧੂ ਸਾਹਿਬ, ਸ਼ੋਅ ਦੇ ਵਿੱਚ ਆਉਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਇਸ ਵਾਅਦੇ ਦੇ ਨਾਲ, ਨੈਕਸਟ ਸ਼ੋਅ ਦੇ ਵਿੱਚ ਨਵੀਆਂ ਗੱਲਾਂ ਲੈ ਕੇ, ਨਵੇਂ ਸਵਾਲ ਜਵਾਬ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਹਨੇ ਦੇ ਲਈ ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।